ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪਾਨਾ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿੰਦੀਆਂ, ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੀ 4082722500, ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਹੈਲਥ ਦੀ ਇੰਸ਼ੋਰੈਂਸ ਕਰਦੇ ਨੇ, ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਸ, ਰਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦਿਵਾਨਾ, ਫਰੈਜ਼ਨੋ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਬਾਨੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਗੇ ਗੱਲ ਕਰਦੇ ਹਾਂ ਜੀ, ਜਿਹੜੀ ਪੰਜਾਬ ਕਾਂਗਰਸ ਆ, ਉਸ ਦੇ ਵਿੱਚ ਹੋ ਸਕਦਾ ਬਹੁਤ ਵੱਡਾ ਧਮਾਕਾ, ਹਾਈਕਮਾਂਡ ਨੇ ਸਾਰੇ ਹੀ ਵਿਧਾਇਕ ਸੱਦ ਲਏ। ਧਮਾਕਾ ਹੋਣ ਦੇ ਆਸਾਰ ਪੂਰੇ ਨੇ ਜੀ। ਰਾਤ ਇੱਥੇ 12 ਵਜੇ ਤੋਂ ਬਾਅਦ, ਕੋਈ 12:15 ਵਜੇ ਦੇ ਕਰੀਬ, ਹਰੀਸ਼ ਰਾਵਤ ਹੋਰਾਂ ਦਾ ਟਵੀਟ ਆਉਂਦਾ। ਉਸ ਟਵੀਟ ਦੇ ਵਿੱਚ ਇਹ ਆਖਿਆ ਜਾਂਦਾ ਕਿ ਕਾਂਗਰਸ ਹਾਈਕਮਾਂਡ ਦੇ ਵੱਲੋਂ ਪੰਜਾਬ ਦੇ ਵਿੱਚ ਕਾਂਗਰਸ ਦੇ ਵਿਧਾਇਕਾਂ ਨੂੰ ਮੀਟਿੰਗ ਦੇ ਵਾਸਤੇ ਸੱਦਾ ਦਿੱਤਾ ਜਾ ਰਿਹਾ। ਉਦੋਂ ਬਾਅਦ ਅਗਲਾ ਟਵੀਟ ਜਿਹੜਾ ਇਹ ਆਉਂਦਾ ਕਿ ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕ ਸ਼ਾਮ ਨੂੰ 5 ਵਜੇ 18 ਤਰੀਕ ਨੂੰ, ਭਾਵ ਕਿ ਅੱਜ, ਇੱਥੋਂ ਮੁਤਾਬਕ ਜਦੋਂ ਰਾਤ ਇਹ ਟਵੀਟ ਕੀਤਾ ਗਿਆ ਉਦੋਂ ਇੱਥੇ ਤਰੀਕ ਬਦਲ ਗਈ ਹੋਈ ਸੀਗੀ, 5 ਵਜੇ ਸ਼ਾਮ ਨੂੰ ਕਾਂਗਰਸ ਭਵਨ ਦੇ ਵਿੱਚ ਪਹੁੰਚਣ। ਉੱਥੇ 2 ਅਬਜ਼ਰਵਰ ਹਾਈਕਮਾਂਡ ਦੇ ਵੱਲੋਂ ਲਾਏ ਗਏ ਆ। ਇਹ ਅਬਜ਼ਰਵਰ ਇਹਨਾਂ MLA ਦੇ ਨੂੰ ਮਿਲਣਗੇ, ਜਿਹੜੀ ਇੱਕ ਚਿੱਠੀ ਪਿਛਲੇ ਦਿਨੀ ਕਾਂਗਰਸੀ ਵਿਧਾਇਕਾਂ ਦੇ ਵੱਲੋਂ ਲਿਖੀ ਗਈ ਸੀ ਹਾਈਕਮਾਂਡ ਨੂੰ, ਇਹ ਉਸ ਚਿੱਠੀ ਦਾ ਅਸਰ ਹੈ। ਇਹ ਕਿਹਾ ਜਾ ਰਿਹਾ ਹੈ ਕਿ ਬੇਸ਼ੱਕ ਇਹ ਚਿੱਠੀ ਜਨਤਕ ਤਾਂ ਨਹੀਂ ਹੋਈ, ਕਿਸੇ ਨੂੰ ਨਹੀਂ ਮਿਲੀ, ਪਰ ਉਹਦੇ ਵਿੱਚ ਸਿੱਧਮ ਸਿੱਧੀ ਬਗਾਵਤ ਆਖੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਉਹਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਇਹਦੇ ਵਿੱਚ ਮੇਨ ਜਿਹੜਾ ਮੁੱਦਾ ਉਹ ਉਹਨਾਂ 18 ਪੁਆਇੰਟਸ ਨੂੰ ਬਣਾਇਆ ਗਿਆ, ਜਿਹੜੇ 18 ਪੁਆਇੰਟਸ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਦਿੱਤੇ ਸੀ, ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਉਹ 18 ਪੁਆਇੰਟ ਲੈ ਕੇ ਉਦਣ ਦੇ ਬੈਠੇ ਆ, ਟਸ ਤੋਂ ਮਸ ਨਹੀਂ ਹੋਏ। ਚਾਹੇ ਬੇਅਦਬੀ ਦੀਆਂ ਘਟਨਾਵਾਂ ਵਾਲਾ ਮਾਮਲਾ ਸੀ, ਪਤਾ ਹੀ ਨਹੀਂ ਸਿੱਟ ਕਿੱਥੇ ਆ, ਉਹ ਕੀ ਜਾਂਚ ਕਰ ਰਹੀ ਆ, ਨਸ਼ੇ ਵਾਲੇ ਮੁੱਦੇ ਦੇ ਉੱਤੇ ਕੁਛ ਨਹੀਂ ਪਤਾ, ਅੰਕੜੇ ਲੁਕੋਏ ਜਾ ਰਹੇ ਆ, ਪਾਵਰ ਪਰਚੇਜ ਐਗਰੀਮੈਂਟ ਦੇ ਮਾਮਲੇ ਚ ਹਾਥੀ ਖੜੇ ਕਰ ਗਏ ਆ, ਇਹ ਹੋ ਹੀ ਨਹੀਂ ਸਕਦੇ, ਰੱਦ ਨਹੀਂ ਹੋ ਸਕਦੇ ਸਮਝੌਤੇ, ਅਜਿਹਾ ਕਹਿ ਕੇ। ਇਹਦੇ ਵਿੱਚ ਅੱਜ ਦਾ ਦਿਨ ਬੜਾ ਅਹਿਮ ਰਹੂਗਾ। ਇਹ ਸਮਝਿਆ ਜਾ ਰਿਹਾ ਕਿ ਹਾਈਕਮਾਂਡ ਦੇ ਵੱਲੋਂ ਇਉਂ ਅਬਜ਼ਰਵਰ ਲਾ ਦੇਣੇ, ਸਾਰੇ ਵਿਧਾਇਕਾਂ ਨੂੰ ਸੱਦ ਲੈਣਾ, ਸ਼ਾਇਦ ਕਿਤੇ ਨਾ ਕਿਤੇ ਕਾਂਗਰਸ ਤਬਦੀਲੀ ਕਰਨ ਦੇ ਰੌਂ ਦੇ ਵਿੱਚ ਹੈ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਦੀ ਜਾ ਸਕਦੀ ਆ, ਇਸ ਗੱਲ ਦੀ ਪੂਰੀ ਸੰਭਾਵਨਾ। ਫਿਰ ਮੁੱਖ ਮੰਤਰੀ ਕਿਹਨੂੰ ਬਣਾਇਆ ਜਾਊਗਾ, ਇਹ ਵੱਡਾ ਸਵਾਲ ਹੈ ਕਿ ਕਾਂਗਰਸ ਜਿਹੜਾ ਨਾਮ ਸਾਹਮਣੇ ਲਿਆਉਣਾ ਚਾਹੁੰਦੀ ਆ ਉਹਨੂੰ ਉਹ ਰੱਖੂਗੀ ਅਜੇ 2022 ਦੀਆਂ ਚੋਣਾਂ ਦੇ ਵਾਸਤੇ, ਜਾਂ ਹੁਣ ਤੋਂ ਉਹਨੂੰ ਮੁੱਖ ਮੰਤਰੀ ਬਣਾਊਗੀ, ਇਹ ਬੜਾ ਅਹਿਮ ਹੈ। ਕਾਂਗਰਸ ਦੇ ਵਿੱਚ ਦੇਖਿਆ ਜਾਵੇ ਤਾਂ ਲੀਡਰਸ਼ਿਪ ਉੱਠਣ ਨਹੀਂ ਦਿੱਤੀ ਕੁਛ ਲੀਡਰਾਂ ਨੇ, ਉਹਨਾਂ ਦੇ ਆਪਣੇ ਪਰਿਵਾਰ ਹੀ ਉਹਦੇ ਵਿੱਚ ਵੱਧਦੇ ਫੁੱਲਦੇ ਰਹੇ। ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਸਾਹਮਣੇ ਆ ਸਕਦਾ, ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਨਾਮ ਵੀ ਆ ਸਕਦਾ ਸਾਹਮਣੇ, ਜੇ ਦਲਿਤ ਪੱਤਾ ਖੇਡਣਾ ਹੋਇਆ ਕਾਂਗਰਸ ਨੇ ਕੁਛ ਮਹੀਨਿਆਂ ਦੇ ਵਾਸਤੇ, ਤੇ ਚਰਨਜੀਤ ਸਿੰਘ ਚੰਨੀ ਦਾ ਦਾਅ ਵੀ ਲੱਗ ਸਕਦਾ। ਚਰਨਜੀਤ ਸਿੰਘ ਚੰਨੀ ਦਾ ਦਾਅ ਲੱਗਣ ਦੀ ਸੰਭਾਵਨਾ ਉਂਝ ਘੱਟ ਹੈ, ਕਿਉਂਕਿ ਵੇਖਿਆ ਜਾਵੇ ਤਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਕਿ ਕਿੰਨਾ ਕੋਈ ਐਕਸਪਰਟ ਹੈ ਇਸ ਮਾਮਲੇ ਦੇ ਵਿੱਚ, ਸਿਆਸੀ ਰੂਪ ਦੇ ਵਿੱਚ, ਚਰਨਜੀਤ ਸਿੰਘ ਚੰਨੀ ਹੋਰੀ ਸਿਆਸੀ ਰੂਪ ਦੇ ਵਿੱਚ ਬਹੁਤ ਕੋਈ ਐਕਸਪਰਟ ਨਹੀਂ ਮੰਨੇ ਜਾਂਦੇ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਉੱਤੇ ਦਾ ਇਸ ਕਰਕੇ ਖੇਡਿਆ ਜਾ ਸਕਦਾ ਹੈ ਕਿ ਉਹ ਟਕਸਾਲੀ ਕਾਂਗਰਸੀ ਨੇ, ਉਹ ਅੰਮ੍ਰਿਤਧਾਰੀ ਨੇ, ਇਹ ਇੱਕ ਦਾਅ ਹੋ ਸਕਦਾ। ਤੇ ਮਾਝੇ ਦੇ ਵਿੱਚੋਂ ਪਹਿਲਾਂ ਵੀ ਕਾਂਗਰਸ ਨੂੰ ਵੱਡੀ ਸਪੋਰਟ ਮਿਲੀ, ਉਹ ਮਾਝੇ ਤੋਂ ਆਉਂਦੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਕੀ ਕਾਂਗਰਸ ਹੁਣੇ ਦਾਅ ਖੇਡ ਕੇ ਰਿਸਕ ਲਊਗੀ, ਕਿਉਂਕਿ ਜਿਸ ਤਰ੍ਹਾਂ ਦਾ ਸੁਭਾਅ ਨਵਜੋਤ ਸਿੰਘ ਸਿੱਧੂ ਦਾ ਹੈ, ਉਹ ਕਿੰਨੀ ਦੇਰ ਚੁੱਪ ਕਰਕੇ ਬੈਠਾ ਰਹੂਗਾ ਔਰ ਕਿੰਨੀ ਦੇਰ ਉਹ ਆਰਾਮ ਦੇ ਨਾਲ ਕੋਈ ਕੰਮ ਕਰੂਗਾ ਸਿਵਾਏ ਟਵੀਟ ਕਰਨ ਤੋਂ ਜਾਂ ਫਿਰ ਉਂਝ ਗੱਲਾਂ ਉਭਾਰਨ ਤੋਂ, ਇਹ ਬੜਾ ਅਹਿਮ ਪੁਆਇੰਟ ਹੈ। ਕੁਛ ਵੀ ਹੋਵੇ, ਅੱਜ ਦਾ ਦਿਨ
ਪੰਜਾਬ ਕਾਂਗਰਸ ਦੇ ਵਿੱਚ ਅਹਿਮ ਹੈ। ਉਂਝ ਵੈਸੇ ਜਿਹੋ ਜਿਹਾ ਹਾਲਾਤ ਗੁਜਰਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਬਣਾਏ, ਉਹਨੇ ਮੁੱਖ ਮੰਤਰੀ ਹੀ ਤਬਦੀਲ ਨਹੀਂ ਕੀਤਾ ਬਲਕਿ ਸਾਰੇ ਮੰਤਰੀ ਵੀ ਤਬਦੀਲ ਕਰ ਦਿੱਤੇ। ਇਹ ਕਿਹਾ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਇੱਕ ਗੁਰ ਹੈ ਕਿ ਉਹ ਕੀ ਕਰਦੀ ਹੈ, ਸਰਕਾਰ ਦੇ 5-6 ਮਹੀਨੇ ਰਹਿੰਦਿਆਂ ਮੁੱਖ ਮੰਤਰੀ ਤਬਦੀਲ ਕਰ ਦਿੰਦੀ ਹੈ। ਉਹਦੇ ਨਾਲ ਐਂਟੀ ਇਨਕੰਬੈਂਸੀ ਘਟ ਜਾਂਦੀ ਹੈ। ਬਿਨਾਂ ਕਿਸੇ ਸ਼ੱਕ ਦੇ ਇਸ ਵੇਲੇ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਆ ਉਹ ਸਿਆਸੀ ਤੌਰ ਦੇ ਉੱਤੇ ਬੜੇ ਅਜੀਬੋ ਗਰੀਬ ਨੇ। ਅਕਾਲੀ ਦਲ ਨੂੰ ਅਜੇ ਵੀ ਲੋਕ ਮੂੰਹ ਨਹੀਂ ਲਾ ਰਹੇ, ਭਾਰਤੀ ਜਨਤਾ ਪਾਰਟੀ ਕਿਸੇ ਪਾਣੀ ਦੇ ਵਿੱਚ ਨਹੀਂ ਹੈਗੀ, ਕਾਂਗਰਸ ਦੀ ਐਂਟੀ ਇਨਕੰਬੈਂਸੀ ਸਿਰ ਚੜ ਕੇ ਬੋਲ ਰਹੀ ਹੈ, ਆਮ ਆਦਮੀ ਪਾਰਟੀ ਓਵਰ ਕੌਨਫੀਡੈਂਟ ਤੁਰੀ ਫਿਰਦੀ ਹੈ ਜਿਵੇਂ ਉਹ 2017 ਦੇ ਵਿੱਚ ਸੀ। ਸਿਆਸੀ ਹਾਲਾਤ ਕਿਸ ਪਾਸੇ ਵੱਲ ਨੂੰ ਮੋੜਾ ਕੱਟਣਗੇ ਕੁਛ ਨਹੀਂ ਕਿਹਾ ਜਾ ਸਕਦਾ। ਅੱਜ ਕਾਂਗਰਸ ਦੇ MLAs ਦੀ ਪਰਖ ਦੀ ਘੜੀ ਆ। ਬਿਨਾਂ ਕਿਸੇ ਸ਼ੱਕ ਦੇ ਜੋ ਵੀ ਫੈਸਲਾ ਹਾਈ ਕਮਾਂਡ ਨੇ ਲੈਣਾ ਹੋਇਆ, ਇਹ ਨਹੀਂ ਆ ਕਿ ਮੀਟਿੰਗ ਦੇ ਵਿੱਚ MLAs ਸੱਦ ਲਏ ਤੇ ਉੱਥੇ ਫੈਸਲਾ ਹੋਊਗਾ। ਸੁਨੇਹੇ ਲੱਗ ਗਏ ਹੋਣਗੇ ਕਿ ਆਹਾ ਕੁਛ ਤੁਸੀਂ ਮੀਟਿੰਗ ਦੇ ਵਿੱਚ ਕਹਿਣਾ, ਆ ਪੁੱਛਿਆ ਜਾਊਗਾ, ਉਹਦਾ ਆ ਜਵਾਬ ਦੇਣਾ। ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਆਪਣੇ ਧੜੇ ਦੀ ਮੀਟਿੰਗ ਆਪਣੇ ਘਰੇ ਸੱਦੀ ਆ, ਉਹ ਵੀ ਪਰਖਣਾ ਚਾਹੁੰਦੇ ਆ ਆਪਣੀ ਪਾਵਰ ਕਿ ਕਿੰਨੀ ਕੁ ਆ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ। ਬਿਲਕੁਲ ਜੀ, ਧੜੇਬੰਦੀ ਦੇ ਵਿੱਚ ਤਾਂ ਘੁਸਰ ਮੁਸਰ ਹੋ ਗਈ ਹੋਣੀ ਆ। ਅੱਗੇ ਗੱਲ ਕਰਦੇ ਹਾਂ, ਖੇਤੀ ਕਾਨੂੰਨਾਂ ਨੂੰ ਪੇਸ਼ ਹੋਇਆਂ ਨੂੰ 1 ਸਾਲ ਹੋ ਗਿਆ, ਪਰ ਸਿਆਸੀ ਪਾਰਟੀਆਂ ਦੇ ਡਰਾਮੇ ਜਾਰੀ ਆ। ਕੱਲ 17 ਤਰੀਕ ਨੂੰ ਪਹਿਲਾਂ ਤਾਂ ਅਕਾਲੀ ਦਲ ਬਾਦਲ ਨੇ ਇਹ ਗੱਲ ਕਹੀ ਕਿ ਉਹਨਾਂ ਨੇ ਕਾਲਾ ਦਿਵਸ ਮਨਾਉਣਾ। 17 ਤਰੀਕ ਨੂੰ ਕਿਉਂ ਮਨਾਉਣਾ ਇਹ ਬਹੁਤੇ ਲੋਕਾਂ ਨੂੰ ਸਮਝ ਨਹੀਂ ਆਈ। 17 ਤਰੀਕ ਨੂੰ ਤਾਂ ਬਿੱਲ ਪੇਸ਼ ਹੋਏ ਸੀ ਲੋਕ ਸਭਾ ਚ ਤੇ 20 ਤਰੀਕ ਨੂੰ ਪਾਸ ਹੁੰਦੇ ਆ ਦੋਨੋਂ ਜਗ੍ਹਾ ਦੇ ਤੋਂ, ਲੋਕ ਸਭਾ ਤੇ ਰਾਜ ਸਭਾ ਤੋਂ। 24 ਨੂੰ ਇਹਦੇ ਉੱਤੇ ਮੋਹਰ ਲੱਗਦੀ ਹੈ, ਫਿਰ ਜਾ ਕੇ ਇਹ ਕਾਨੂੰਨ ਦਾ ਰੂਪ ਧਾਰਨ ਕਰ ਲੈਂਦੇ ਆ ਜਿਹੜੇ ਕਿ ਪਹਿਲਾਂ ਆਰਡੀਨੈਂਸ ਸੀ। 17 ਤਰੀਕ ਨੂੰ ਅਕਾਲੀ ਦਲ ਨੇ NDA ਨਾਲੋਂ ਗੱਠਜੋੜ ਤੋੜਿਆ ਸੀ, ਬਾਅਦ ਦੇ ਵਿੱਚ ਭਾਜਪਾ ਨਾਲ ਤੋੜ ਲਿਆ। ਉਹਨਾਂ ਨੇ 17 ਤਰੀਕ ਰੱਖ ਲਈ, ਇਹ ਕਹਿਤਾ ਕਿ ਅਸੀਂ ਰੋਸ ਰੈਲੀ ਕਰਨੀ ਆ ਦਿੱਲੀ ਦੇ ਵਿੱਚ। ਦਿੱਲੀ ਦੀ ਪੁਲਿਸ ਨੇ ਇਜਾਜ਼ਤ ਨਾ ਦਿੱਤੀ, ਬਿਨਾਂ ਇਜਾਜ਼ਤ ਤੋਂ ਰੋਸ ਰੈਲੀ ਕੀਤੀ। ਉੱਥੇ ਪੁਲਿਸ ਨੇ ਕੁਛ ਸਮੇਂ ਲਈ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ, ਫਿਰ ਛੱਡ ਦਿੱਤਾ। ਜੇ ਤੁਸੀਂ ਉਹ ਝੰਡੇ ਵੇਖੋ, ਸਾਰੇ ਝੰਡਿਆਂ ਦੇ ਵਿੱਚ ਇੱਕ ਵੀ ਝੰਡਾ ਕਿਸਾਨੀ ਦਾ ਨਹੀਂ, ਉਹ ਅਕਾਲੀ ਦਲ ਦੇ ਝੰਡੇ ਸੀਗੇ। ਜੇ ਮੁੱਦਾ ਕਿਸਾਨੀ ਦਾ ਤੇ ਕੋਈ 4 ਝੰਡੇ ਵੀ ਕਿਸਾਨੀ ਵਾਲੇ ਲਾ ਲੈਂਦੇ, ਪਰ ਇਹ ਪੋਸੀਬਲ ਨਹੀਂ ਸੀ ਹੋ ਸਕਦਾ। ਕਾਂਗਰਸ ਜਿਹੜੇ ਉੱਥੇ ਗਏ ਲੋਕ, ਉਹਨਾਂ ਦੀਆਂ ਬੱਸਾਂ ਤੇ ਕਾਰਾਂ ਨੂੰ ਜਿਵੇਂ ਸਿੰਘੂ ਬਾਰਡਰ ਦੇ ਉੱਤੇ ਘੇਰਿਆ, ਉੱਥੇ ਬੈਠੇ ਕਿਸਾਨਾਂ ਨੇ ਤੇ ਉਹਦੀਆਂ ਵੀਡੀਓ ਜਿੰਨੀਆਂ ਵਾਇਰਲ ਹੋ ਰਹੀਆਂ ਨੇ, ਜਾਂਦਿਆਂ ਵੀ ਉਹ ਬੱਸਾਂ 'ਚ ਮੂੰਹ ਬੰਨ ਕੇ ਬੈਠੇ ਆ ਤੇ ਉਹਨਾਂ ਨੂੰ ਲਾਹਨਤਾਂ ਪਾ ਰਹੇ ਆ ਕਿਸਾਨ ਜਿਹੜੇ ਬੈਠੇ ਸਿੰਘੂ ਬਾਰਡਰ ਤੇ, ਤੇ ਆਉਂਦਿਆਂ ਉਹਨਾਂ ਦੀਆਂ ਸ਼ਰਾਬ ਦੀਆਂ ਬੋਤਲਾਂ ਵੀ ਫੜੀਆਂ, ਜਿਹੜੀਆਂ ਗੱਡੀਆਂ ਦੇ ਵਿੱਚ ਸ਼ਰਾਬ ਪੀਂਦੇ ਆ ਰਹੇ ਸੀ ਉਹਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ। ਇਹ ਕਿੰਨਾ ਕੁ ਫਾਇਦਾ ਅਕਾਲੀ ਦਲ ਬਾਦਲ ਨੂੰ ਦੇਣਗੀਆਂ, ਜਿਹੜੇ ਇੰਨੀਆਂ ਲਾਹਨਤਾਂ ਖੱਟ ਕੇ ਆਏ ਉਹ ਗਾਂਹ ਵੀ ਸਿਆਸੀ ਸਰਗਰਮੀਆਂ ਦੇ ਵਿੱਚ ਹਿੱਸਾ ਲੈਣਗੇ, ਇਹ ਬੜਾ ਵੱਡਾ ਸਵਾਲ ਹੈ। ਕਾਂਗਰਸ ਨੇ ਜਿਹੜਾ ਸੀਗਾ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਕਿ 128ਵੀਂ ਸੋਧ ਵੀ ਕਰ ਲਈ ਜਾਵੇ ਸੰਵਿਧਾਨ ਦੇ ਵਿੱਚ, ਔਰ ਉਹਨਾਂ ਨੇ ਇੱਕ ਬਿੱਲਾ ਲਾਇਆ ਆਪਣੇ ਜਿਹੜਾ ਨੋ ਫਾਰਮਰ ਨੋ ਫੂਡ ਵਾਲਾ। ਇੰਨੀ ਕੁ ਗੱਲ ਕੀਤੀ, ਇਹ ਕਿਹਾ ਕਿ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਦੇ ਵਿੱਚ ਕਿਸਾਨਾਂ ਦੇ ਨਾਲ ਹੈ, ਪਰ 4 ਕੁ ਦਿਨ ਪਹਿਲਾਂ ਕਹਿੰਦੇ ਸੀਗੇ ਇੱਥੋਂ ਲੈ ਜਾਓ ਚੁੱਕ ਕੇ ਆਪਣੇ ਮੋਰਚੇ, ਜਾਂ ਹਰਿਆਣੇ ਚਲ ਜਾਓ ਜਾਂ ਦਿੱਲੀ ਚਲ ਜਾਓ। ਹੁਣ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਮ ਆਦਮੀ ਪਾਰਟੀ ਨੇ ਮੋਮਬੱਤੀਆਂ ਬਾਲ ਕੇ ਇਹਨੂੰ ਕਾਲਾ ਦਿਨ ਮਨਾਇਆ। ਇਹ ਕਾਲਾ ਦਿਨ 17 ਕਿਵੇਂ ਸੀਗਾ ਇਹ ਨਹੀਂ ਸਮਝ ਲੱਗੀ, ਪਰ ਇੱਕ ਦੂਜੇ ਦੇ ਮਗਰ ਲੱਗ ਲੱਗ ਕੇ ਸਾਰੀਆਂ ਸਿਆਸੀ ਧਿਰਾਂ ਡਰਾਮੇ ਕਰਦੀਆਂ ਨਜ਼ਰ ਆਈਆਂ ਕਿਸਾਨੀ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ। ਡਰਾਮੇ ਤੋਂ ਵੱਧ ਹੋਰ ਕੁਛ ਨਹੀਂ ਸੀਗਾ, ਸਿਆਸੀ ਲਾਹਾ ਲੈਣ ਦੇ ਯਤਨ ਕੀਤੇ ਗਏ। ਹੁਣ ਵੇਖਣਾ ਇਹ ਆ ਕਿ ਕਿਸਾਨ ਜਿਨ੍ਹਾਂ ਦੇ ਪੁੱਤ ਧੀਆਂ ਗਾਂ ਸਵਾਲ ਜ਼ਰੂਰ ਕਰਨ ਲੱਗੇ ਆ ਇਸ ਵੇਲੇ ਸਿਆਸਤਦਾਨਾਂ ਨੂੰ, ਉਹ ਕਿੱਧਰ ਨੂੰ ਭੁਗਤਦੇ ਆ ਤੇ ਪੰਜਾਬ ਦਾ ਸਿਆਸੀ ਮਾਹੌਲ ਕਿੱਧਰ ਨੂੰ ਜਾਊਗਾ। ਜਲਦੀ ਪਤਾ ਲੱਗ ਜਾਣਾ ਜੀ। ਅੱਗੇ IT ਵਿਭਾਗ ਦੀ ਜੇ ਗੱਲ ਕਰੀਏ ਤਾਂ ਸੋਨੂ ਸੂਦ ਦੇ ਖਿਲਾਫ ਜਾਂਚ ਦਾ ਘੇਰਾ ਹੋਰ ਵਧਾਇਆ। ਸੋਨੂ ਸੂਦ ਚਰਚਾ ਦੇ ਵਿੱਚ ਉਦੋਂ ਆਇਆ ਸੀ ਜਦੋਂ ਪਿਛਲੇ ਵਰੇ ਲੋਕਡਾਊਨ ਲੱਗਿਆ ਸੀਗਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਪੈਦਲ ਸੜਕਾਂ ਦੇ ਉੱਤੇ ਆਪੋ ਆਪਣੇ ਸੂਬਿਆਂ ਵੱਲ ਨੂੰ ਤੁਰ ਪਏ ਸੀ। ਇਹਦੇ ਵਿੱਚ ਪੰਜਾਬ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ, ਦਿੱਲੀ ਦੇ ਵਿੱਚੋਂ, ਮੁੰਬਈ ਦੇ ਵਿੱਚੋਂ
ਇਹ ਮਜ਼ਦੂਰ ਆਪਣੇ ਘਰਾਂ ਨੂੰ ਤੁਰੇ ਸੀ, ਉਹਨਾਂ ਨੂੰ ਫਿਕਰ ਪੈ ਗਿਆ ਸੀ ਕਿ ਪਤਾ ਨਹੀਂ ਉਹ ਆਪਣੇ ਘਰਦਿਆਂ ਨੂੰ ਮਿਲ ਸਕਣਗੇ ਜਾਂ ਨਹੀਂ। ਕੇਂਦਰ ਦੀ ਸਰਕਾਰ ਨੇ 4 ਕੁ ਘੰਟਿਆਂ ਦਾ ਸਮਾਂ ਦੇ ਕੇ ਲਾਕਡਾਊਨ ਲਾ ਦਿੱਤਾ ਸੀ, ਲੋਕਾਂ ਨੂੰ ਨਿਕਲਣ ਦਾ ਮੌਕਾ ਨਹੀਂ ਦਿੱਤਾ ਗਿਆ ਸੀ, ਲੋਕਾਂ ਨੂੰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਸੋਨੂ ਸੂਦ ਨੇ ਉਹਨਾਂ ਦਿਨਾਂ ਵਿੱਚ ਬਹੁਤ ਮਦਦ ਮਜ਼ਦੂਰਾਂ ਦੀ ਕੀਤੀ, ਅੱਜ ਵੀ ਕਰਦਾ ਉਹਦੀ ਇੱਕ ਐਨਜੀਓ ਆ ਜਿਹਦੇ ਰਾਹੀਂ ਉਹ ਇਹਨਾਂ ਮਜ਼ਦੂਰਾਂ ਦੀ ਮਦਦ ਕਰਦਾ। ਇਹ ਮਦਦ ਦਾ ਖਮਿਆਜ਼ਾ ਉਹਨੂੰ ਭੁਗਤਣਾ ਪੈ ਰਿਹਾ ਕਿਤੇ ਨਾ ਕਿਤੇ। ਪਹਿਲਾਂ ਭਾਰਤੀ ਜਨਤਾ ਪਾਰਟੀ ਉਹਦੀ ਬਹੁਤ ਤਾਰੀਫ ਕਰਦੀ ਰਹੀ ਆ, ਉਹਦੇ ਪਰਿਵਾਰਕ ਸੂਤਰ ਇਹ ਵੀ ਦੱਸਦੇ ਆ ਕਿ ਉਹਨੂੰ ਪਦਮ ਸ਼੍ਰੀ ਦੀ ਆਫਰ ਵੀ ਕੀਤੀ ਗਈ ਸੀ, ਉਹਨੇ ਕੋਈ ਜਵਾਬ ਨਹੀਂ ਦਿੱਤਾ ਹਾਂ ਜਾਂ ਨਾ ਦੇ ਵਿੱਚ, ਕਿਤੇ ਨਾ ਕਿਤੇ ਇਹ ਰੜਕ ਗਈ। ਇੱਕ ਉਹਨੇ ਪਿਛਲੇ ਦਿਨੀ ਦਿੱਲੀ ਦੀ ਸਰਕਾਰ ਦੇ ਨਾਲ ਸਮਝੌਤਾ ਕੀਤਾ ਇੱਕ ਕਿ ਉਹ ਦਿੱਲੀ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਮੈਂਟਰ ਬਣੂਗਾ। ਇਹ ਸਮਝੌਤਾ ਇੱਕ ਪ੍ਰੋਫੈਸ਼ਨਲ ਸਮਝੌਤਾ ਸੀਗਾ, ਉਹਨੇ ਪੈਸੇ ਲੈ ਕੇ ਇਹ ਕੀਤਾ। ਪਰ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗਿਆ ਕਿ ਕਿਤੇ ਸੋਨੂ ਸੂਦ ਆਮ ਆਦਮੀ ਪਾਰਟੀ ਦੇ ਵਿੱਚ ਨਾ ਚਲਾ ਜਾਵੇ, ਤੇ ਉਸੇ ਦਿਨ ਤੋਂ ਉਹਦੇ ਖਿਲਾਫ ਸ਼ਿਕੰਜਾ ਕੱਸਿਆ ਗਿਆ। ਔਰ ਇਹ ਸ਼ਿਕੰਜਾ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਕੱਸਿਆ ਗਿਆ। ਲਗਾਤਾਰ 3 ਦਿਨ ਉਹਦੇ ਦਫ਼ਤਰਾਂ ਤੇ ਉਹਦੇ ਘਰ ਦੇ ਉੱਤੇ ਇਹਦੀ ਇਨਵੈਸਟੀਗੇਸ਼ਨ ਚੱਲਦੀ ਰਹੀ। 48 ਸਾਲਾ ਜਿਹੜਾ ਸੋਨੂ ਸੂਦ ਹੈ ਉਹ ਆਪਣੇ ਪਰਿਵਾਰ ਤੇ ਬੱਚਿਆਂ ਦੇ ਨਾਲ ਮੁੰਬਈ ਦੇ ਵਿੱਚ ਹੀ ਰਹਿੰਦਾ। ਮੁੰਬਈ ਦੇ ਵਿੱਚ ਹੀ ਉਹਨੇ ਇੱਕ ਸਟੂਡੀਓ ਵੀ ਬਣਾਇਆ ਹੋਇਆ ਸਾਈਡ ਬਿਜ਼ਨਸ ਤੇ ਵਾਸਤੇ, ਤੇ ਕੁਝ ਹੋਰ ਉਹਦੇ ਕੰਮ ਨੇ। ਮੋਗੇ ਤੋਂ ਬੇਸਿਕਲੀ ਉਹ ਬਿਲੋਂਗ ਕਰਦਾ। ਜਿਹੜੀ 3 ਦਿਨ ਤੱਕ ਉਹਦਾ ਸਾਰਾ ਕੁਝ ਖੰਗਾਲਿਆ ਗਿਆ ਉਹਦੇ ਵਿੱਚੋਂ ਖਾਸ ਲੱਭਿਆ ਨਹੀਂ, ਜੋ ਸੂਤਰ ਦੱਸਦੇ ਆ, ਉਹਦੇ ਖਿਲਾਫ ਕਾਰਵਾਈ ਅਜੇ ਵੀ ਜਾਰੀ ਆ। ਜਾਂਚ ਦਾ ਘੇਰਾ ਵਧਾ ਕੇ ਮੁੰਬਈ ਸ਼ਹਿਰ ਦੀਆਂ ਹੋਰ ਥਾਵਾਂ ਦੇ ਉੱਤੇ ਵੀ ਛਾਪੇਮਾਰੀ ਕੀਤੀ ਗਈ। ਅੱਧੀ ਦਰਜਨ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਸੀ। 1 ਦਿਨ ਪਹਿਲਾਂ ਲਖਨਊ ਦੇ ਵਿੱਚ ਇਹ ਅੱਧੀ ਦਰਜਨ ਥਾਵਾਂ ਲੱਭੀਆਂ ਗਈਆਂ ਸੀਗੀਆਂ। ਇਹ ਵੀ ਦੱਸਿਆ ਜਾ ਰਿਹਾ ਕਿ ਰੀਅਲ ਸਟੇਟ ਦੇ ਨਾਲ ਜੁੜੇ ਹੋਏ ਕੁਛ ਜਿਹੜੇ ਸੌਦੇ ਸੀਗੇ ਤੇ ਜਿਹੜੇ ਵਿੱਤੀ ਲੈਣ ਦੇਣ ਆ ਉਹ ਵਿਭਾਗ ਦੀ ਜਾਂਚ ਦੇ ਘੇਰੇ ਦੇ ਵਿੱਚ ਨੇ। ਹੁਣ ਸਵਾਲ ਇਹ ਆ ਕਿ ਜਦੋਂ ਕਿਸੇ ਜਗ੍ਹਾ ਦੇ ਉੱਤੇ ਇਨਕਮ ਟੈਕਸ ਡਿਪਾਰਟਮੈਂਟ ਦਾ ਛਾਪਾ ਮਾਰਿਆ ਜਾਂਦਾ ਤਾਂ ਉਹ 1 ਦਿਨ ਦਾ ਹੁੰਦਾ, ਕੁਛ ਘੰਟਿਆਂ ਦਾ ਹੁੰਦਾ? 3 ਦਿਨ ਤੱਕ ਤੁਸੀਂ ਛਾਪੇਮਾਰੀ ਕਰੀ ਜਾ ਰਹੇ ਹੋ, ਉਹਦਾ ਤੁਹਾਨੂੰ ਲੱਭ ਨਹੀਂ ਰਿਹਾ, ਅੱਗੇ ਤੋਂ ਅੱਗੇ ਜਾਂਚ ਦੇ ਘੇਰੇ ਵਧਾ ਰਹੇ ਹੋ, ਜਿਹੜੇ ਕਿ ਇਸ ਗੱਲ ਦਾ ਸ਼ੱਕ ਪੈਦਾ ਕਰਦੇ ਆ ਕਿ ਜਦੋਂ ਲੱਭਿਆ ਨਹੀਂ ਜਾ ਰਿਹਾ ਤੇ ਹੁਣ ਫਿਰ ਕੁਛ ਫਿੱਟ ਕੀਤਾ ਜਾਊਗਾ, ਤਾਂ ਕਿ ਸੋਨੂ ਸੂਦ ਨੂੰ ਇਹ ਟਿਕਾਣੇ ਲਿਆਂਦਾ ਜਾ ਸਕੇ ਵੀ ਜੇ ਤੂੰ ਸਰਕਾਰ ਦੇ ਖਿਲਾਫ ਬੋਲੇਗਾ ਕਿਸੇ ਵਿਰੋਧੀ ਧਿਰ ਦੀ ਸਰਕਾਰ ਦੇ ਵਿੱਚ ਜਾ ਕੇ ਤੇ ਫਿਰ ਤੇਰੇ ਹਾਲਾਤ ਇਹ ਬਣ ਸਕਦੇ ਆ। ਇਹ ਕੋਈ ਪਹਿਲਾ ਨਿਗਾ ਸੋਨੂ ਸੂਦ ਜਿਹਦੇ ਨਾਲ ਇਹ ਤਰੀਕਾ ਅਪਣਾਇਆ ਗਿਆ। ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹ ਰਾਖੀ ਇਸ ਗੱਲ ਦੇ ਵਾਸਤੇ ਲਈਆਂ ਗਈਆਂ ਨੇ ਕਿ ਜਿਹੜਾ ਬੋਲਿਆ ਉਹਨੂੰ ਦੱਬ ਲਓ, ਚਾਹੇ NIA ਦੇ ਰਾਹੀਂ ਦੱਬ ਲਓ, ਚਾਹੇ CBI ਦੇ ਰਾਹੀਂ ਦੱਬ ਲਓ, ਚਾਹੇ ਤੁਸੀਂ ਇਨਕਮ ਟੈਕਸ ਡਿਪਾਰਟਮੈਂਟ ਦੇ ਰਾਹੀਂ ਦੱਬ ਲਓ। ਬਿਲਕੁਲ। ਅੱਗੇ ਦੀਪ ਸਿੱਧੂ ਦੇ ਵਿਵਾਦਿਤ ਬਿਆਨ ਦੀ ਗੱਲ ਕਰਦੇ ਆ, ਕਿਸਾਨਾਂ ਦੇ ਖਿਲਾਫ ਹੈ ਜੀ। ਕੋ ਇੱਕ ਤਾਂ ਜਿਹੜੇ ਕਿਸਾਨਾਂ ਦੀਆਂ ਮੌਤਾਂ ਹੋਈਆਂ ਨੇ, ਕਿਸਾਨ ਸੰਘਰਸ਼ ਉਹਨਾਂ ਨੂੰ ਸ਼ਹੀਦ ਕਹਿੰਦਾ, 600 ਦੇ ਕਰੀਬ ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਸ਼ਵੇਤ ਮਲਕ ਦੇ ਘਰ ਦੇ ਬਾਹਰ ਧਰਨੇ ਦੇ ਉੱਤੇ ਬੈਠਾ ਕਿਰਤੀ ਕਿਸਾਨ ਯੂਨੀਅਨ ਦੇ ਨਾਲ ਸੰਬੰਧਿਤ ਇੱਕ ਕਿਸਾਨ ਅੰਗਰੇਜ਼ ਸਿੰਘ ਕਮਲਪੁਰਾ 45 ਵਰਿਆਂ ਦਾ ਸੀਗਾ, ਉਹਨੂੰ ਦਿਲ ਦਾ ਦੌਰਾ ਪੈ ਗਿਆ, ਉਹਦੀ ਮੌਤ ਹੋ ਗਈ। ਉਹਦਾ ਅੰਤਮ ਸੰਸਕਾਰ ਉਹਦੇ ਪਿੰਡ ਲਿਆ ਕੇ ਕੀਤਾ ਗਿਆ। ਲਗਾਤਾਰ ਮੌਤਾਂ ਕਿਸਾਨ ਸੰਘਰਸ਼ ਦੇ ਵਿੱਚ ਹੋ ਰਹੀਆਂ ਨੇ। ਸਿੰਘੂ ਬਾਰਡਰ ਦੇ ਉੱਤੇ ਬੈਠੇ, ਟਿੱਕਰੀ ਬਾਰਡਰ ਦੇ ਉੱਤੇ ਬੈਠੇ, ਗਾਜੀਪੁਰ ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਦੀਆਂ ਜ਼ਿਆਦੀਆਂ ਮੌਤਾਂ ਠੰਡ ਦੇ ਦਿਨਾਂ ਦੇ ਵਿੱਚ ਹੋਈਆਂ, ਜਿਹੜੀਆਂ ਕਿ ਦਿਲ ਦਾ ਦੌਰਾ ਉਹਨਾਂ ਦਾ ਕਾਰਨ ਜ਼ਿਆਦਾ ਦਾ ਬਣਿਆ, ਕਿਉਂਕਿ ਇੰਨੀ ਠੰਡ ਦੇ ਵਿੱਚ ਹੇਠੋਂ ਵੀ ਠੰਡ ਉੱਪਰੋਂ ਵੀ ਠੰਡ ਉਹਦੇ ਵਿੱਚ ਰਹਿਣਾ ਕਿਤੇ ਨਾ ਕਿਤੇ ਉਹ ਮੌਤ ਦੇ ਕਾਰਨ ਬਣੇ। ਕਿਸਾਨ ਧਿਰਾਂ ਇਹ ਵੀ ਕਹਿੰਦੀਆਂ ਨੇ ਕਿ ਉਹ ਇਹਨਾਂ ਦੀ ਯਾਦਗਾਰ ਬਣਾਉਣਗੀਆਂ ਉਸੇ ਸੜਕ ਦੇ ਉੱਤੇ, ਤਾਂ ਕਿ ਆਉਂਦੇ ਜਾਂਦੇ ਲੋਕਾਂ ਨੂੰ ਇਹ ਯਾਦ ਰਹੇ ਕਿ ਕਿਸਾਨ ਸੰਘਰਸ਼ ਦੇ ਦੌਰਾਨ ਕਿੰਨਾ ਲੋਕਾਂ ਨੇ ਆਪਣੀ ਜਾਨ ਤੋਂ ਹੱਥ ਧੋਤੇ ਸਨ। ਦੀਪ ਸਿੱਧੂ ਜਿਹੜਾ ਕਿ ਉਂਝ ਫਿਲਮੀ ਕਲਾਕਾਰ ਹੈ, ਪਰ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀਗਾ ਉਸ ਵੇਲੇ ਉਹਦੀ ਐਂਟਰੀ ਪੰਜਾਬ ਦੇ ਵਿੱਚ ਇੱਕਦਮ ਹੁੰਦੀ ਆ ਰਾਤੋਂ ਰਾਤ।
ਉਹ ਆ ਕੇ ਸ਼ੰਭੂ ਦੇ ਉੱਤੇ ਮੋਰਚਾ ਲਾਉਂਦਾ ਇੱਥੇ, ਕਿਉਂਕਿ ਉਦੋਂ ਬੰਦ ਸੀਗਾ, ਪਹਿਲੀ ਵਾਰੀ ਉਹਨੂੰ ਚੰਗਾ ਹੁੰਗਾਰਾ ਮਿਲ ਗਿਆ। ਬਾਅਦ ਦੇ ਵਿੱਚ ਉਹਨੇ ਕੰਟਰੋਵਰਸੀ ਖਿਲਾਰਨੀ ਸ਼ੁਰੂ ਕਰ ਦਿੱਤੀ 26 ਜਨਵਰੀ ਨੂੰ, ਜਿਵੇਂ ਉਹ ਬਹੁਤਿਆਂ ਨੂੰ ਵਰਗਲਾ ਕੇ ਲੈ ਕੇ ਗਿਆ ਇੱਥੇ ਲਾਲ ਕਿਲੇ ਦੇ ਵਿੱਚ, ਤੇ ਜੋ ਕੁਝ ਉਹਨੇ ਵੀਡੀਓਜ਼ ਆਪਣੀਆਂ ਪਾਈਆਂ ਉਹ ਸਭ ਦੇ ਸਾਹਮਣੇ ਸੀਗੀਆਂ। ਉਸ ਮਸਲੇ ਦੇ ਉੱਤੇ ਉਹ ਅਰੈਸਟ ਵੀ ਹੋਇਆ, ਜੇਲ੍ਹ ਦੇ ਵਿੱਚ ਗਿਆ, ਉਹਨੂੰ ਜ਼ਮਾਨਤਾਂ ਮਿਲ ਗਈਆਂ। ਉਹਦੀਆਂ ਫੋਟੋਆਂ ਬਹੁਤ ਸਾਰੀਆਂ ਪ੍ਰਧਾਨ ਮੰਤਰੀ ਦੇ ਨਾਲ, ਅਮਿਤ ਸ਼ਾਹ ਹੋਰਾਂ ਦੇ ਨਾਲ ਫਿਰਦੀਆਂ ਰਹੀਆਂ ਨੇ, ਕਿਉਂਕਿ ਸਨੀ ਦਿਓਲ ਦੀ ਜਿਹੜੀ ਇਲੈਕਸ਼ਨ ਸੀਗੀ 19 ਵਾਲੀ, ਉਹਦਾ ਉਹ ਮੇਨ ਰੋਲ ਵੀ ਨਿਭਾਉਂਦਾ ਰਿਹਾ ਗੁਰਦਾਸਪੁਰ ਦੇ ਵਿੱਚ। ਇਹ ਗੱਲਾਂ ਪਹਿਲਾਂ ਵੀ ਚੱਲਦੀਆਂ ਰਹੀਆਂ ਕਿ ਉਹਦਾ ਅਸਲ ਰੋਲ ਕੀ ਹੈ, ਕੀ ਉਹ ਫਿੱਟ ਕੀਤਾ ਹੋਇਆ, ਕਿਉਂਕਿ ਕਦੀ ਉਹ ਖੇਤੀ ਕਾਨੂੰਨਾਂ ਦੇ ਖਿਲਾਫ ਬੋਲਦਾ ਨਹੀਂ ਸੁਣਿਆ ਕਿਸੇ ਜਗ੍ਹਾ ਦੇ ਉੱਤੇ। ਤੁਸੀਂ ਕਿਸੇ ਵੀਡੀਓ 'ਚ ਉਹਨੂੰ ਖੇਤੀ ਕਾਨੂੰਨਾਂ ਦੇ ਖਿਲਾਫ ਬੋਲਦਾ ਨਹੀਂ ਸੁਣੋਗੇ, ਕਿਤੇ ਵੀ ਤੁਸੀਂ ਖੇਤੀ ਕਾਨੂੰਨ ਬਣਾਉਣ ਵਾਲੀ ਸਰਕਾਰ ਦੇ ਖਿਲਾਫ ਬੋਲਦਾ ਉਹਨੂੰ ਨਹੀਂ ਸੁਣੋਗੇ। ਹੁਣ ਉਹ ਦੁਬਾਰਾ ਫੇਰ ਉਹਦੀ ਐਂਟਰੀ ਹੋ ਗਈ ਹੈ, ਦੁਬਾਰਾ ਐਂਟਰੀ ਕਰਕੇ ਉਹਨੇ ਸਿੱਧਾ ਹਮਲਾ ਇੱਥੇ ਆਪਣੀ ਜਾਨ ਗਵਾ ਚੁੱਕੇ ਕਿਸਾਨਾਂ ਦੇ ਉੱਤੇ ਕੀਤਾ। ਉਹ ਵੀਡੀਓ ਦੇ ਵਿੱਚ ਕਹਿੰਦਾ ਕਿ ਇਹ ਸ਼ਹੀਦ ਥੋੜੀ ਨੇ, ਇਹ ਤਾਂ ਉੱਥੇ ਸ਼ਰਾਬ ਪੀ ਕੇ ਮਰੇ ਲੋਕ ਨੇ ਇਹ ਸਰਹੱਦਾਂ ਦੇ ਉੱਤੇ। ਉਹ ਕਹਿੰਦਾ ਕਿ ਨਵਰੀਤ ਸਿੰਘ ਜਿਹੜਾ ਉਹ ਸਿਰਫ ਸ਼ਹੀਦ ਆ, ਉਹ ਤੋਂ ਬਿਨਾਂ ਹੋਰ ਕੋਈ ਸ਼ਹੀਦ ਨਹੀਂ ਗਾ ਕਿਸਾਨੀ ਦਾ। 600 ਦੇ ਕਰੀਬ ਕਹਿੰਦਾ ਜਿਹੜਾ ਬੰਦਾ ਮਰਿਆ ਉਹ, ਉਹਨਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਸੀ, ਉਹਨਾਂ ਨੇ ਘਰੇ ਵੀ ਮਰ ਜਾਣਾ ਸੀ, ਤੇ ਉਹ ਉੱਥੇ ਸ਼ਰਾਬ ਦੇ ਨਾਲ ਡੱਕ ਕੇ ਸੌਂਦੇ ਨੇ, ਤੇ ਸ਼ਰਾਬ ਵਜ੍ਹਾ ਬਣੀ ਆ ਉਹਨਾਂ ਦੀ ਮੌਤ ਦਾ। ਇਹ ਇਹੀ ਗੱਲਾਂ ਭਾਰਤੀ ਜਨਤਾ ਪਾਰਟੀ ਕਹਿੰਦੀ ਆ, ਇਹੀ ਗੱਲਾਂ ਭਾਰਤੀ ਜਨਤਾ ਪਾਰਟੀ ਦਾ ਗੋਦੀ ਮੀਡੀਆ ਕਹਿੰਦਾ, ਤੇ ਉਹੀ ਗੱਲਾਂ ਦੀਪ ਸਿੱਧੂ ਨੇ ਉਭਾਰੀਆਂ ਨੇ। ਮੇਰਾ ਖਿਆਲ ਜੇ ਕਿਸੇ ਲੋਕਾਂ ਨੂੰ ਕੋਈ ਸ਼ੱਕ ਸ਼ੁਬਾ ਉਹਦੇ ਉੱਤੇ ਮਾੜਾ ਮੋਟਾ ਹੈਗਾ ਸੀਗਾ, ਹੁਣ ਤਾਂ ਘੱਟੋ ਘੱਟ ਨਿਕਲ ਜਾਣਾ ਚਾਹੀਦਾ। ਪਰ ਇਹ ਹੋਇਆ ਕਿ ਜਦੋਂ ਹੁਣ ਇਹਦੀ ਵੀਡੀਓ ਵਾਇਰਲ ਹੋਈ ਆ ਕੱਲ ਦੀ, ਤੇ ਇਥੋਂ ਮੁਤਾਬਕ ਰਾਤ ਤੋਂ ਜਿਹੜਾ ਇਹਦਾ ਆਈਟੀ ਵਿੰਗ ਹੈ ਜਿਹੜਾ ਇਹਦੀ ਸਪੋਰਟ ਕਰਦਾ, ਉਹ ਸਾਰੇ ਦਾ ਸਾਰਾ ਐਕਟਿਵ ਹੋ ਗਿਆ, ਜਿਹੜਾ ਪਿਛਲੇ ਕੁਝ ਮਹੀਨਿਆਂ ਤੋਂ ਕਿਤੇ ਨਹੀਂ ਸੀ ਲੱਭਦਾ, ਕੋਈ ਜਵਾਬ ਨਹੀਂ ਸੀ ਦਿੰਦਾ, ਉਹ ਇੱਕਦਮ ਐਕਟਿਵ ਹੋ ਕੇ ਉਹਨੇ ਫੇਰ ਉਹੀ ਗੇਮ ਉਭਾਰਨੀ ਸ਼ੁਰੂ ਕਰ ਦਿੱਤੀ। ਕਾਮਰੇਡ ਪੰਥ, ਪੰਥ ਕਾਮਰੇਡ, ਖਾਲਿਸਤਾਨੀ ਕਾਮਰੇਡ, ਕਾਮਰੇਡ ਖਾਲਿਸਤਾਨੀ, ਉਹ ਸਾਰਾ ਕੁਝ ਉਭਾਰਨਾ ਸ਼ੁਰੂ ਕਰ ਦਿੱਤਾ। ਫੇਕ ਆਈਡੀਜ਼ ਦੀ ਭਰਮਾਰ ਜਿਹੜੀ ਉਹ ਫੇਰ ਰਾਤ ਤੋਂ ਸ਼ੁਰੂ ਹੋ ਗਈ, ਉਹਨੂੰ ਡਿਫੈਂਡ ਕਰਨ ਵਾਲਿਆਂ ਦੀ, ਉਹਦੀ ਵੀਡੀਓ ਨੂੰ ਡਿਫੈਂਡ ਕਰਨ ਵਾਲਿਆਂ ਦੀ, ਉਹਦੇ ਵੱਲੋਂ ਇਹ ਗੱਲ ਜਿਹੜੀ ਕਹੀ ਗਈ ਆ ਉਹਨੂੰ ਡਿਫੈਂਡ ਕਰਨ ਵਾਲਿਆਂ ਦੀ, ਔਰ ਇਹ ਬਿਨਾਂ ਕਿਸੇ ਚੱਕ ਦੇ ਜਿਹੜਾ ਆਈਟੀ ਵਿੰਗ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਵੀ ਹੈ, ਉਹਦਾ ਆਪਣਾ ਆਈਟੀ ਵਿੰਗ ਵੀ ਉਹਦੇ ਵਿੱਚ ਹੋਊਗਾ। ਇਹ ਉਹੀ ਲੋਕ ਨੇ ਜਿਹੜੇ ਕਿਸਾਨ ਅੰਦੋਲਨ ਨੂੰ ਡੇਗਣਾ ਚਾਹੁੰਦੇ ਨੇ, ਉਹਨੂੰ ਨੀਵਾਂ ਵਿਖਾਉਣਾ ਚਾਹੁੰਦੇ ਨੇ। ਇਹ ਆਈਡੀਜ਼ ਤੁਸੀਂ ਨੋਟ ਕਰਨਾ ਜਿਨ੍ਹਾਂ ਤੋਂ ਇਸ ਵੇਲੇ ਕਮੈਂਟ ਹੋ ਰਹੇ ਆ ਜਾਂ ਸਟੇਟਸ ਪਾਏ ਜਾ ਰਹੇ ਆ, ਇਹ ਆਈਡੀਜ਼ ਪਿਛਲੇ 3-4 ਮਹੀਨੇ ਤੋਂ ਗਾਇਬ ਸੀਗੀਆਂ, ਜਦੋਂ ਤੋਂ ਉਹ ਜੇਲ੍ਹ ਦੇ ਵਿੱਚ ਸੀਗਾ ਉਦੋਂ ਬਹੁਤ ਸਾਰੇ ਸਵਾਲ ਉੱਠਦੇ ਰਹੇ ਉਹਦੇ ਕੇਸ ਦੇ ਬਾਰੇ ਦੇ ਵਿੱਚ ਵੀ। ਕਿਸੇ ਨੇ ਜਾਂ ਇਹਨਾਂ ਫੇਕ ਆਈਡੀਜ਼ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਹੁਣ ਇੱਕਦਮ ਫਿਰ ਐਕਟਿਵ ਹੋ ਕੇ ਦੀਪ ਸਿੱਧੂ ਦੇ ਵੱਲੋਂ ਕਿਸਾਨ ਮੋਰਚੇ ਦੇ ਉੱਤੇ ਜਾਨਾਂ ਗਵਾ ਚੁੱਕੇ ਲੋਕਾਂ ਦੇ ਉੱਤੇ ਕੀਤੇ ਗਏ ਕਿੰਤੂ ਪਰੰਤੂ ਨੂੰ ਜਾਇਜ਼ ਠਹਿਰਾਉਣ ਦੇ ਵਾਸਤੇ ਨੀਵੇਂ ਪੱਧਰ ਦੇ ਉੱਤੇ ਤੁਰ ਪਈਆਂ ਨੇ, ਤੇ ਜਿਹੜੇ ਲੋਕ ਉਹਦਾ ਵਿਰੋਧ ਕਰ ਰਹੇ ਆ ਦੀਪ ਸਿੱਧੂ ਦਾ, ਉਹਨਾਂ ਦੇ ਖਿਲਾਫ ਉਹੀ ਗਾਲਾਂ ਦੀ ਵਿਚਾਰ ਫਿਰ ਸ਼ੁਰੂ ਹੋ ਗਈ ਹੋਈ ਹੈ ਜੀ। ਅੱਗੇ ਪੈਟਰੋਲੀਅਮ ਪਦਾਰਥਾਂ ਦੀ ਗੱਲ ਕਰੀਏ, GST ਦੇ ਘੇਰੇ ਵਿੱਚ ਨਹੀਂ ਆਉਣਗੇ? ਐਕਚੁਅਲੀ ਬਹੁਤ ਸਾਰੇ ਲੋਕਾਂ ਨੂੰ ਇਹ ਉਮੀਦ ਸੀ ਕਿ ਜੇ GST ਦੇ ਘੇਰੇ ਦੇ ਵਿੱਚ ਪੈਟਰੋਲ ਡੀਜ਼ਲ ਆ ਜਾਂਦੇ ਆ ਤਾਂ ਇੱਥੇ ਸਸਤਾ ਹੋ ਸਕਦਾ ਪੈਟਰੋਲ ਡੀਜ਼ਲ, ਕਿਉਂਕਿ ਜਿਹੜਾ ਟੈਕਸ ਹੈ ਉਹ ਬਹੁਤ ਜ਼ਿਆਦਾ ਪੈਟਰੋਲ ਤੇ ਡੀਜ਼ਲ ਦੇ ਉੱਤੇ, ਜਿੰਨੀ ਕੀਮਤ ਹੈ ਪੈਟਰੋਲ ਦੀ ਉਦੋਂ ਡੂਡਾ ਜਾਂ ਡਬਲ ਇਹ ਟੈਕਸ ਹੈ। ਇਹੋ ਹੀ ਹਾਲਾਤ ਡੀਜ਼ਲ ਦੇ ਆ। GST ਪ੍ਰੀਸ਼ਦ ਦੀ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿਹੜੀਆਂ ਡੀਜ਼ਲ ਤੇ ਪੈਟਰੋਲ ਆ ਉਹਨੂੰ GST ਦੇ ਘੇਰੇ ਦੇ ਵਿੱਚ ਨਹੀਂ ਲਿਆਂਦਾ ਜਾਊਗਾ। ਨਿਰਮਲਾ ਸੀਤਾਰਮਨ ਜਿਹੜੀ ਵਿੱਤ ਮੰਤਰੀ ਆ ਉਹਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਈ। ਜਿਹੜੇ ਮੌਜੂਦਾ ਐਕਸਾਈਜ਼ ਡਿਊਟੀ ਤੇ ਵੈਟ ਨੂੰ ਕੌਮੀ ਪੱਧਰ ਦੇ ਉੱਤੇ ਇੱਕੋ ਦਰ ਦੇ ਉੱਤੇ ਲਿਆਉਣ ਦੇ ਨਾਲ ਇਹ ਕਿਹਾ ਗਿਆ ਕਿ ਮਾਲੀਆ ਪ੍ਰਭਾਵਿਤ ਹੋਊਗਾ, ਕਿਉਂਕਿ ਬਿਨਾਂ ਕਿਸੇ ਸ਼ੱਕ ਦੇ ਸਰਕਾਰ ਨੂੰ, ਕੇਂਦਰ ਦੀ ਸਰਕਾਰ ਨੂੰ ਇਸ ਵੇਲੇ ਸਭ ਤੋਂ ਵੱਧ ਕਮਾਈ ਪੈਟਰੋਲ ਡੀਜ਼ਲ ਤੋਂ ਹੋ ਰਹੀ ਹੈ। 12
लख करोड़ रुपया सरकार ने एक साल दे विच पेट्रोल डीजल तो कमा लिया। उन्हें यह लगता कि जे GST दे विच यह चले गईयां तो इहदे नाल उहदी कमाई का प्रमुख साधन तो खत्म हो जाऊगा, क्योंकि बाकी थावां तो जिथों सरकार नूं कमाई आउंदी है, इंडस्ट्री ला लो, दूजे तीजे ला लो, ओ तां सारा कुछ बिल्कुल जिहड़ा खत्म होण कंडे आ गया, GDP खत्म होण कंडे आ गई। इउं लग रहा है कि जिवें केंद्र दी सरकार नूं कुछ पता ही नहीं लग रहा कि उहने इन्हां चीजां नूं हैंडल किवें करना। अज बेरोजगारी दर जिहड़ी आ उह 45 साल दे विच सब तों शिखर दे उत्ते दसी जा रही है। कल जदों प्रधानमंत्री दा जन्मदिन मना रहे सी भारतीय जनता पार्टी वाले, ते बेरोजगारां ने हैशटैग चलाया होया सीगा रोजगार देण वाला, और ये हैशटैग ट्रेंड करदा रहा। जदों कोई चीज ट्रेंड करदी है इहदा मतलब ये आ कि उहदे विच लखां लोक उहदी सपोर्ट दे उत्ते खड़े आ। ये लखां लोक जिहड़े ने उह बेरोजगार ने, नौजवान ने, तो जिहड़ी सरकार है उहनूं पता नहीं लग रिहा कि इह सारा कुछ चलाउणा किवें आ। हाँ, उह हिंदू मुस्लिम विवाद जरूर उसे तरीके नाल उभारी जा रही है। हैरानी वाली गल यह है कि इन्हां मुद्दों के उत्ते इत्थों के चैनल्स के उत्ते कितने तुहानूं डिबेट वेखण सुनण नूं नहीं मिलदी। जी, अगे गल करते हैं कांगड़ दे गरीब करोड़पति जवाई दी, उसनू नौकरी मिल गई। नौकरी मिल गई जी, रौला पै रहा है, और घर घर नौकरी जिहड़ी सरकार दे वल्लों देण दी गल सी उह तां पॉलिटिशियनां नूं दित्ती जा रही है ना। सिर्फ पहला बेअंत सिंह दे पोते नूं DSP लाता, फिर दो जिहड़े MLAs ने उहनां दा मामला उभर आया, जिहदे विच फतेह जंग सिंह बाजवा होरां दा मुंडा सीगा, ते एक लुधियाणे तो जिहड़े विधायक ने कांग्रेस दे उहदा मुंडा सीगा। रौला पै गया, रौला ज्यादा पिया तां फतेह जंग सिंह बाजवा होरां नूं इह लगिया कि किते MLAship तों ना जांदे लगीए, अगली वारी उह ना होवे लोकी वोटां ही ना पाउण। उहनां ने तां इह कहता कि मैं ਇਹ ਨੌਕਰੀ ਨਹੀਂ ਲੈਣੀ। ਜਦੋਂ ਕਿ ਦੂਜਾ ਜਿਹੜਾ ਕਾਂਗਰਸੀ ਵਿਧਾਇਕ ਸੀਗਾ ਇੱਥੇ ਲੁਧਿਆਣੇ ਤੋਂ, ਉਹਨੇ ਇਹ ਨੌਕਰੀ ਉਹਦੇ ਮੁੰਡੇ ਨੇ ਲੈ ਲਈ, ਉਹਨੂੰ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦਿੱਤੀ ਗਈ। ਹੁਣ ਤਰਸ ਦਾ ਪਾਤਰ ਬਣਿਆ ਗੁਰਪ੍ਰੀਤ ਸਿੰਘ ਕਾਂਗੜ, ਜਿਹੜਾ ਕਿ ਕੈਬਨਿਟ ਮੰਤਰੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸਾਥ ਦਿੰਦਾ ਆਇਆ, ਤੇ ਉਹ ਕੁਛ ਨਾ ਕੁਛ ਤਾਂ ਉਹਨੂੰ ਦੇਣਾ ਸੀ। ਗੁਰਸ਼ੇਰ ਸਿੰਘ ਨੂੰ ਜਿਹੜੀ ਇਹ ਨੌਕਰੀ ਮਿਲੀ ਆ ਆਬਕਾਰੀ ਵਿਭਾਗ ਦੇ ਵਿੱਚ, ਉਹਨੂੰ ਇੱਥੇ ਇੰਸਪੈਕਟਰ ਦੇ ਵਜੋਂ ਉਹਦੀ ਫਾਈਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਆ। ਭੂਪਜੀਤ ਸਿੰਘ ਦਾ ਮੁੰਡਾ ਹੈ ਗੁਰਸ਼ੇਰ ਸਿੰਘ। ਭੂਪਜੀਤ ਸਿੰਘ ਉਦੋਂ ਚਰਚਾ ਦੇ ਵਿੱਚ ਆਇਆ ਸੀ ਜਦੋਂ ਸਾਲ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਬਣੀ, ਤੇ ਸਰਕਾਰ ਵੰਡ ਤੋਂ ਫੌਰਨ ਬਾਅਦ ਰਵੀ ਸਿੱਧੂ ਫੜਿਆ ਗਿਆ ਸੀ ਕਰਪਸ਼ਨ ਵਾਲੇ ਮਾਮਲੇ। ਸਰਕਾਰ ਦੇ ਨੁਮਾਇੰਦੇ ਇਹ ਤਰਕ ਦਿੰਦੇ ਆ ਕਿ ਗੁਰਸ਼ੇਰ ਸਿੰਘ ਨੂੰ ਨੌਕਰੀ ਦੇਣੀ ਇਸ ਕਰਕੇ ਜ਼ਰੂਰੀ ਸੀ ਕਿ ਉਹਦੇ ਪਿਤਾ ਨੇ ਕਰਪਸ਼ਨ ਦੇ ਵਿਰੁੱਧ ਬਹੁਤ ਵੱਡਾ ਸਟੈਪ ਲਿਆ ਸੀ। ਕਿ ਉਸ ਤੋਂ ਬਾਅਦ ਕਰਪਸ਼ਨ ਖਤਮ ਹੋ ਗਈ? ਮੌਜੂਦਾ ਸਰਕਾਰ ਦੇ ਵਿੱਚ ਕਰਪਸ਼ਨ ਨਹੀਂ ਹੋਈ। ਭੂਪਜੀਤ ਸਿੰਘ ਦੀ ਐਡੀ ਕੁਰਬਾਨੀ ਸੀ ਕਿ ਕਰਪਸ਼ਨ ਦਾ ਨਾਮੋ ਨਿਸ਼ਾਨ ਨਹੀਂ ਰਿਹਾ। ਜੇ ਨੌਕਰੀ ਦੇਣੀ ਸੀ ਤਾਂ ਜਿਹੜੇ ਨਿਯਮ ਕਾਨੂੰਨ ਸੀ ਉਹ ਸਾਹਮਣੇ ਰੱਖਣੇ ਚਾਹੀਦੇ ਸੀ। ਜਿਹੜੇ ਨਿਯਮ ਕਾਨੂੰਨ ਨੇ ਉਹ ਇਹ ਗੱਲ ਕਹਿੰਦੇ ਆ ਕਿ ਇਹਦੇ ਵਿੱਚ ਜੇ ਕਿਸੇ ਨੂੰ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦੇਣੀ ਆ ਤਾਂ 1 ਸਾਲ ਦੇ ਵਿੱਚ ਉਹਨੇ ਅਪਲਾਈ ਕਰਨਾ ਹੁੰਦਾ ਜਦੋਂ ਉਹ ਮੇਨ ਬੰਦੇ ਦੀ ਡੈਥ ਹੁੰਦੀ ਆ, ਜਾਂ ਜੇ ਇਹਦੇ ਵਿੱਚ ਕੋਈ ਵਿਸ਼ੇਸ਼ ਕਾਰਨ ਰਿਹਾ ਹੋਵੇ। ਵਿਸ਼ੇਸ਼ ਕਾਰਨ ਇਹ ਹੋ ਸਕਦਾ ਕਿ ਜਦੋਂ ਬੰਦੇ ਦੀ ਡੈਥ ਹੋ ਗਈ ਉਹਦਾ ਜਿਹੜਾ ਪਰਿਵਾਰ ਦਾ ਮੈਂਬਰ ਜਿਹਨੂੰ ਨੌਕਰੀ ਮਿਲਣੀ ਆ ਉਹ ਅਜੇ ਪੜ੍ਹਾਈ ਦੇ ਅਧੀਨ ਆ, ਪੜ੍ਹਾਈ ਉਹਦੀ ਪੂਰੀ ਨਹੀਂ ਹੋਈ, ਉਹਦੇ ਵਾਸਤੇ 5 ਸਾਲ ਦਾ ਸਮਾਂ ਹੁੰਦਾ। ਪਰ ਉਹਦੇ ਵਿੱਚ ਵੀ ਵਿਸ਼ੇਸ਼ ਕਾਰਨ ਜਿਹੜੇ ਨੇ ਉਹਦੇ ਸਬੂਤ ਲਾ ਕੇ 5 ਸਾਲਾਂ ਦੇ ਵਿੱਚ ਅਪਲਾਈ ਕਰਨਾ ਹੁੰਦਾ। ਭੂਪਜੀਤ ਸਿੰਘ ਦੀ ਮੌਤ ਹੁੰਦੀ ਆ 2011 ਦੇ ਵਿੱਚ, 8 ਸਾਲਾਂ ਤੋਂ ਬਾਅਦ 28 ਇੱਥੇ ਸਤੰਬਰ 2020 ਦੇ ਵਿੱਚ ਇਹ ਨੌਕਰੀ ਅਪਲਾਈ ਕੀਤੀ ਜਾਂਦੀ ਆ। ਗੁਰਪ੍ਰੀਤ ਸਿੰਘ ਕਾਂਗੜ ਹੁਰੀ ਝੂਠ ਬੋਲੀ ਜਾਂਦੇ ਆ ਵੱਖ ਵੱਖ ਚੈਨਲ ਦੇ ਉੱਤੇ ਬੈਠੇ ਕਿ ਭੂਪਜੀਤ ਸਿੰਘ ਦੀ ਪਤਨੀ ਨੇ ਆਪਣੇ ਮੁੰਡੇ ਦੀ ਨੌਕਰੀ ਦੇ ਵਾਸਤੇ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਅਪਲਾਈ ਕੀਤਾ ਸੀ। ਇਹ ਗੱਲ ਗਲਤ ਹੈ। ਇਹ ਅਪਲਾਈ 2020 ਦੇ ਵਿੱਚ ਕੀਤਾ ਗਿਆ। 26 ਜੂਨ 2020 ਨੂੰ ਉਹਨੇ ਦਰਖਾਸਤ ਲਾਈ ਆ 8 ਸਾਲਾਂ ਤੋਂ ਬਾਅਦ। ਇਹ ਨਿਯਮ ਕਾਨੂੰਨ ਪੂਰੇ ਹੀ ਨਹੀਂ ਕਰਦੀ, ਪਰ ਨਿਯਮ ਕਾਨੂੰਨ ਨੂੰ ਕੌਣ ਪੁੱਛਦਾ ਜਦੋਂ ਵੱਡੇ ਸਾਹਿਬ ਦੇ ਹੁਕਮ ਹੋਣ ਕੇ ਉਹਨੂੰ ਨੌਕਰੀ ਤੇ ਲਾਉਣਾ। ਦੂਜਾ ਨਿਯਮ ਇਹ ਵੀ ਕਹਿੰਦਾ
ਜਿਹੜਾ ਗ੍ਰੈਜੂਏਟ ਹੈ, ਕਿਉਂਕਿ ਗੁਰਸ਼ੇਰ ਸਿੰਘ ਗ੍ਰੈਜੂਏਟ ਹੈ, ਉਹਨੂੰ ਆਪਣੇ ਪਿਤਾ ਦੀ ਜਗ੍ਹਾ ਦੇ ਉੱਤੇ ਜੇ ਨੌਕਰੀ ਮਿਲਦੀ ਆ ਤਾਂ ਉਹ ਕਲਰਕ ਦੀ ਅਸਾਮੀ ਹੋ ਸਕਦੀ ਹੈ। ਉਹਨੂੰ ਇੰਸਪੈਕਟਰ ਲਾ ਦਿੱਤਾ ਗਿਆ, ਆਬਕਾਰੀ ਤੇ ਕਰ ਇੰਸਪੈਕਟਰ ਲਾ ਦਿੱਤਾ ਗਿਆ। ਜੇ ਤੁਹਾਨੂੰ ਯਾਦ ਹੋਵੇ ਤਾਂ ਅਕਾਲੀ ਭਾਜਪਾ ਰਾਜ ਦੇ ਵੇਲੇ ਸਿਕੰਦਰ ਮਲੂਕੇ ਨੇ ਆਪਣੀ ਨੂੰਹ ਨੂੰ ਸਾਰੇ ਨਿਯਮ ਕਾਨੂੰਨ ਉਲੰਘ ਕੇ ਆਈਏਐਸ ਅਫਸਰ ਬਣਾ ਲਿਆ ਸੀ, ਤੇ ਹੁਣ ਗੁਰਪ੍ਰੀਤ ਸਿੰਘ ਕਾਂਗੜ ਨੇ ਉਹਨੇ ਆਪਣੇ ਜਵਾਈ ਨੂੰ ਇੰਸਪੈਕਟਰ ਲਵਾ ਲਿਆ। ਉਦੋਂ ਸਿਕੰਦਰ ਸਿੰਘ ਮਲੂਕਾ ਰਾਮਪੁਰਾ ਫੂਲ ਤੋਂ ਜਿੱਤਿਆ ਹੋਇਆ ਸੀਗਾ, ਤੇ ਹੁਣ ਗੁਰਪ੍ਰੀਤ ਕਾਂਗੜ ਹੈ, ਹਲਕਾ ਵੀ ਉਹੀ ਹੈ ਤੇ ਸਾਰਾ ਕੁਝ ਉਹੀ ਹੈ। ਸਵਾਲ ਇਹ ਆ ਕਿ ਜਿਹੜੇ ਡਾਂਗਾ ਖਾਂਦੇ ਫਿਰਦੇ ਆ ਉਹਨਾਂ ਦਾ ਕੀ ਬਣੂਗਾ, ਜਿਹੜੇ ਬੇਰੁਜ਼ਗਾਰ ਫਿਰਦੇ ਨੇ ਉਹਨਾਂ ਦਾ ਕੀ ਬਣੂਗਾ, ਕਿਉਂਕਿ ਇਹਦੇ ਵਿੱਚ ਨਿਯਮ ਦੇ ਵਿੱਚ ਇਹ ਵੀ ਇੱਕ ਹੈ ਕਿ ਜੇ ਉਹਦੇ ਕੋਲੇ ਕਮਾਈ ਦਾ ਕੋਈ ਹੋਰ ਸਾਧਨ ਨਾ ਹੋਵੇ, ਉਹਦੀ ਫਾਈਨੈਂਸ਼ੀਅਲ ਹਾਲਤ ਚੰਗੀ ਨਾ ਹੋਵੇ ਤੇ ਇਹ ਨੌਕਰੀ ਮਿਲਦੀ ਆ। ਜਦੋਂ ਕਿ ਗੁਰਸ਼ੇਰ ਉਹਦੇ ਕੋਲੇ 35 ਏਕੜ ਜ਼ਮੀਨ ਆ, 1,000 ਗਜ਼ ਦੇ ਵਿੱਚ ਪਟਿਆਲੇ 'ਚ ਉਹਦੀ ਕੋਠੀ ਆ, ਲੁਧਿਆਣੇ ਦੇ ਵਿੱਚ 800-800 ਗਜ਼ ਦੇ ਦੋ ਰਿਹਾਇਸ਼ੀ ਪਲਾਟ ਨੇ, ਚੰਡੀਗੜ੍ਹ ਦੇ ਵਿੱਚ ਰਿਹਾਇਸ਼ੀ ਫਲੈਟ ਹੈ, ਤੇ FCI ਦਾ ਇੱਕ ਵੱਡਾ ਸਾਰਾ ਗੋਦਾਮ ਉਹਦਾ ਵੀ ਉਹ ਮਾਲਕ ਹੈ। ਇੰਨੀ ਪ੍ਰਾਪਰਟੀ ਹੋਣ ਦੇ ਬਾਵਜੂਦ ਉਹਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੇ ਤਰਸ ਕੀਤਾ ਤੇ ਤਰਸ ਕਰਕੇ ਉਹਨੂੰ ਇੰਸਪੈਕਟਰ ਲਾ ਲਿਆ। ਇੰਨੀ ਜ਼ਮੀਨ ਜਾਇਦਾਦ ਵਾਲਾ ਬੰਦਾ ਗਰੀਬ ਆ ਵਿਚਾਰਾ। ਤੇ ਅੱਗੇ ਆਪਾਂ ਗੱਲ ਕਰਦੇ ਹੈਗੇ ਆ, ਪਹਿਲਾਂ ਜਿਹੜੇ ਪੇਪਰ ਸੀਗੇ ਬੱਚਿਆਂ ਦੇ ਹੋਏ, ਉਸ ਦੇ ਵਿੱਚ ਤਾਂ ਇੱਕ ਇਸ਼ਤਿਹਾਰ ਪਾ ਦਿੱਤਾ ਸੀਗਾ, ਹੁਣ ਸਿਆਸੀ ਸਵਾਲ ਪਾ ਦਿੱਤਾ। ਦੇਖੋ ਉਹ ਇਸ਼ਤਿਹਾਰ ਵੀ ਸਰਕਾਰ ਦੇ ਨਾਲ ਰਿਲੇਟਡ ਸੀ ਤੇ ਹੁਣ ਸਰਕਾਰ ਵਾਲਿਆਂ ਦੇ ਨਾਲ ਰਿਲੇਟਡ ਸਵਾਲ ਨੇ। ਹੱਦ ਤਾਂ ਇਸ ਗੱਲ ਦੀ ਆ ਕਿ ਇਹ ਬੱਚਿਆਂ ਨੂੰ ਸਿਖਾਉਣਾ ਕੀ ਚਾਹੁੰਦੇ ਨੇ। ਅਕਸਰ ਇਹ ਗੱਲ ਚੱਲਦੀ ਆ ਕਿ ਕੇਂਦਰ ਦੇ ਵਿੱਚ ਰਾਜ ਕਰਦੀ ਪਾਰਟੀ ਦਾ ਜਿਹੜਾ ਉੱਪਰ ਮਾਈ ਬਾਪ ਹੈ RSS, ਉਹ ਇਤਿਹਾਸ ਦੇ ਵਿੱਚ ਵੀ ਤਬਦੀਲੀਆਂ ਕਰ ਰਹੀ ਆ, ਉਹ ਸਿਲੇਬਸ ਦੇ ਵਿੱਚ ਵੀ ਤਬਦੀਲੀਆਂ ਕਰ ਰਹੀ ਆ। ਸਿਲੇਬਸ ਦੇ ਵਿੱਚ ਉਹ ਕੁਝ ਪੜਾਇਆ ਜਾ ਰਿਹਾ ਜੋ ਸਿਲੇਬਸ ਦਾ ਪਹਿਲਾ ਪਾਰਟ ਨਹੀਂ ਸੀ ਹੁੰਦਾ, ਉਹ ਤਬਦੀਲੀਆਂ ਕਰ ਰਹੀ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ, ਬੜੀਆਂ ਉਹ ਤਬਦੀਲੀਆਂ ਸਾਹਮਣੇ ਆਉਂਦੀਆਂ ਨੇ। ਪੰਜਾਬ ਦੇ ਵਿੱਚ ਤਾਂ ਕਾਂਗਰਸ ਦੀ ਸਰਕਾਰ ਹੈ, ਇੱਥੇ ਵੀ ਉਹੋ ਜਿਹੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਪਿਛਲੇ ਦਿਨ ਹੀ ਇੱਕ ਕੁਐਸਚਨ ਪੇਪਰ ਜਿਹੜਾ ਕਿ 5ਵੀਂ ਦਾ ਸੀਗਾ, ਉਹ ਉਦੋਂ ਚਰਚਾ ਦਾ ਵਿਸ਼ਾ ਬਣਿਆ ਸੀ। ਇਹ ਜਿਹੜਾ ਕੁਐਸਚਨ ਪੇਪਰ ਸੀ ਉਹਦੇ ਵਿੱਚ ਸਰਕਾਰ ਦਾ ਉਹ ਇਸ਼ਤਿਹਾਰ ਪਾਇਆ ਗਿਆ ਸੀ ਜਿਹੜਾ ਕਿ ਸਰਕਾਰ ਦੀਆਂ ਕਾਰਗੁਜ਼ਾਰੀਆਂ ਨੂੰ ਦਰਸਾਉਂਦਾ ਸੀ। ਇਹਦੇ ਵਿੱਚ ਕੁਐਸਚਨ ਇਹ ਕੀਤਾ ਗਿਆ ਸੀ ਕਿ ਦੱਸੋ ਸਰਕਾਰ ਦਾ ਇਹ ਇਸ਼ਤਿਹਾਰ ਉਹਦੀ ਕਿਹੜੀ ਕਾਰਗੁਜ਼ਾਰੀ ਨੂੰ ਦਰਸਾ ਰਿਹਾ, ਤੇ ਜਿਹੜੇ ਇਹਦੇ ਵਿੱਚ ਅੱਗੇ ਆਪਸ਼ਨਸ ਦਿੱਤੀਆਂ ਗਈਆਂ ਸੀਗੀਆਂ। ਹੁਣ ਇਹ +2 ਦਾ ਐਗਜ਼ਾਮ ਸੀਗਾ, ਉਹਦੇ ਵਿੱਚ ਕੁਐਸਚਨ ਪੇਪਰ ਦੇ ਵਿੱਚ ਜਿਹੜਾ ਪਾਇਆ ਗਿਆ ਕੁਐਸਚਨ ਹੈ ਉਹ ਤੋੜ ਮਰੋੜ ਕੇ ਇਤਿਹਾਸ ਨੂੰ ਪੇਸ਼ ਕੀਤਾ ਜਾ ਰਿਹਾ। ਸਰਕਾਰ ਚਲਾਉਣ ਵਾਲਿਆਂ ਦੀ ਚਾਪਲੂਸੀ, ਸਰਕਾਰ ਚਲਾਉਣ ਜਿਹੜੀ ਸਰਕਾਰ ਜਿਨ੍ਹਾਂ ਦੀ ਆ ਉਹਨਾਂ ਦੀ ਬੱਲੇ ਬੱਲੇ ਕਰਾਉਣ ਦੇ ਵਾਸਤੇ ਇਹ ਕੁਐਸਚਨ ਮਾਰ ਜਿਹੜਾ ਪਾਇਆ ਗਿਆ। ਇਹਦੇ ਵਿੱਚ ਜਿਹੜਾ ਕੁਐਸਚਨ ਨੰਬਰ 39 ਹੈ ਉਹਦੇ ਵਿੱਚ ਪੁੱਛਿਆ ਗਿਆ ਕਿ 7ਵੇਂ ਗੁਰੂ ਹਰਰਾਏ ਜੀ ਨੇ ਕਿਹਨਾਂ ਦੇ ਵਡੇਰਿਆਂ ਨੂੰ ਆਸ਼ੀਰਵਾਦ ਦਿੱਤਾ ਸੀ। ਆਪਸ਼ਨ ਦਿੱਤੀਆਂ ਗਈਆਂ ਰਜਿੰਦਰ ਕੌਰ ਭੱਠਲ, ਰਾਣਾ ਗੁਰਜੀਤ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ। ਜਿਹੜਾ ਇਹਦੇ ਵਿੱਚ ਜਵਾਬ ਹੈ ਉਹ ਐਕਚੁਅਲੀ ਕੈਪਟਨ ਅਮਰਿੰਦਰ ਸਿੰਘ ਹੈ। ਤੁਸੀਂ ਦੇਖੋ 3 ਉਭਾਰ ਤੇ, 3ੇ ਕਾਂਗਰਸ ਤੇ, ਕੀ ਗੁਰੂ ਸਾਹਿਬ ਨੇ ਜੇ ਜਿਹੜੀਆਂ ਆਪਾਂ ਆਸ਼ੀਰਵਾਦ ਦੀ ਗੱਲ ਕਰੀਏ ਤਾਂ ਉਹ ਸਿਰਫ ਕਾਂਗਰਸੀਆਂ ਨੂੰ ਦਿੱਤਾ ਸੀਗਾ ਜਾਂ ਕਾਂਗਰਸ ਦੇ ਆਗੂਆਂ ਨੂੰ ਦਿੱਤਾ ਸੀਗਾ? ਉਦੋਂ ਕਾਂਗਰਸ ਦਾ ਤਾਂ ਨਾਮ ਨਿਸ਼ਾਨ ਨਹੀਂ ਸੀਗਾ, ਨਾ ਇਸ ਤਰ੍ਹਾਂ ਦਾ ਕੋਈ ਸੀਗਾ ਕਿ ਉਹ ਕਾਂਗਰਸ ਦੇ ਵਿੱਚ ਬਾਅਦ ਚ ਜਾਣਗੇ। ਜਿਹੜੇ 3 ਨਾਮ ਉਭਾਰੇ ਗਏ ਆ ਉਹਦੇ ਵਿੱਚ, ਉਹ 3ੇ ਕਾਂਗਰਸੀ ਨੇ, ਰਜਿੰਦਰ ਕੌਰ ਭੱਠਲ, ਰਾਣਾ ਗੁਰਜੀਤ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ। ਜਵਾਬ ਕੈਪਟਨ ਅਮਰਿੰਦਰ ਸਿੰਘ ਹੈ, ਉਹ ਜਵਾਬ ਵੀ ਸਹੀ ਕਰਾ ਲਿਆ ਤੇ ਦੂਜੇ 2 ਜਿਹੜੇ ਕਾਂਗਰਸ ਦੇ ਨਾਮ ਵੀ ਉਭਾਰ ਦਿੱਤੇ। ਇਹ ਸਾਰਾ ਕੁਝ ਔਨ ਰਿਕਾਰਡ ਹੋ ਗਿਆ ਨਾ, ਕਿਸੇ ਵੇਲੇ ਜਦੋਂ ਇਹ ਕੁਐਸਚਨ ਮਾਰਕ ਵੀ ਰਹਿਣਗੇ, ਕੁਐਸਚਨ ਪੇਪਰ ਵੀ ਰਹਿਣਗੇ, ਤੇ ਉਹ ਕੁਐਸਚਨ ਪੇਪਰ ਕਿਤੇ ਨਾ ਕਿਤੇ ਸਿਲੇਬਸ ਦੇ ਵਿੱਚ ਅੱਗੇ ਜਾ ਕੇ ਸ਼ਾਮਿਲ ਕਰ ਦਿੱਤੇ ਜਾਣਗੇ। ਇਦੋਂ ਉੱਪਰ ਤਾਂ ਚਾਪਲੂਸੀ ਨਹੀਂ ਹੋ ਸਕਦੀ, ਔਰ ਇਦੋਂ ਵੱਧ ਤਾਂ ਬੱਚਿਆਂ ਦਾ ਬੇੜਾ ਗਰਕ ਕਰਨ ਦੇ ਵਾਸਤੇ ਕੋਈ ਹੋਰ ਕੁਝ ਹੀ ਕੋਸ਼ਿਸ਼ ਨਹੀਂ ਹੋ ਸਕਦੀ। ਕਮਾਲ ਦੀ ਗੱਲ ਆ ਇਹੋ ਜਿਹੇ ਸਵਾਲਾਂ ਤੇ ਤਾਂ। ਅਖੀਰ ਦੇ ਵਿੱਚ ਪਟਿਆਲੇ ਦੇ ਵਿੱਚ ਫਿਰ ਗੱਲ ਕਰਦੇ ਆ, ਉਹ ਟੀਚਰ ਦੁਆਰਾ ਕੁੱਟੇ ਗਏ। ਦੇਖੋ ਇੱਥੇ ਤਾਂ ਵਿਚਾਰੇ ਟੀਚਰ ਕੁੱਟ ਖਾਣ ਲਈ ਆਉਂਦੇ ਆ ਔਰ ਵਾਰੀ ਬੰਨ ਕੇ ਆਉਂਦੇ ਆ। ਜਿਹੜੇ ਉੱਥੇ ਪੁਲਿਸ ਲਾਈ ਆ ਉਹ ਨਹੀਂ ਦੇਖਦੇ ਜੀ ਕਿ ਅੱਜ ਕਿਹੜਾ ਗਰੁੱਪ ਆਇਆ, ਡਾਂਗ ਉਹਨਾਂ ਦੇ ਹੱਥ 'ਚ ਫੜੀ ਆ। ਚਾਹੇ ਕੋਈ ਪੁਲਿਸ ਵਾਲਿਆਂ ਨੂੰ ਸਨਮਾਨਿਤ ਕਰਨ ਲਈ ਗਰੁੱਪ ਆ ਰਿਹਾ ਹੋਵੇ,
ਉਹ ਡਾਂਗ ਲੈ ਕੇ ਉਹਨਾਂ ਦੇ ਦੁਆਲੇ ਹੋ ਜਾਂਦੇ ਆ। ਇੱਥੇ ਨੈਸ਼ਨਲ ਸਕਿੱਲਡ ਕੁਆਲੀਫਾਈਡ ਫਰੇਮਵਰਕ ਟੀਚਰਸ ਜਿਹੜੇ ਨੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਰਿਹਾਇਸ਼ ਵੱਲ ਨੂੰ ਜਾਣਾ ਸੀ। ਉਹਨਾਂ ਨੇ ਐਕਸ਼ਨ ਬੜਾ ਆਪਣਾ ਗੁਪਤ ਰੱਖਿਆ। ਇੱਕ ਗਰੁੱਪ ਜਿਹੜਾ ਸੀਗਾ ਉਹ ਪੁਲਿਸ ਵੱਲ ਨੂੰ ਚਲੇ ਗਿਆ, ਪੁਲਿਸ ਉਹਨਾਂ ਨੂੰ ਰੋਕਣ 'ਚ ਲੱਗੀ ਸੀ, ਜਦੋਂ ਕਿ ਬੀ ਗਰੁੱਪ ਜਿਹੜਾ ਉਹ ਭੱਜ ਕੇ ਪਿੱਛੋਂ ਦੀ ਹੋ ਕੇ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਹਿਲ ਦੇ ਕੋਲ ਜਾ ਪਹੁੰਚਿਆ। ਮਹਿਲ ਦੇ ਬਿਲਕੁਲ ਮੂਹਰੇ ਜਾ ਕੇ ਉਹਨਾਂ ਨੇ ਨਾਅਰੇਬਾਜ਼ੀ ਕੀਤੀ। ਅੰਦਰ ਤਾਂ ਕਿਹਨੇ ਜਾਣ ਦੇਣਾ ਸੀ, ਕਿਹਨੇ ਅੰਦਰ ਜਾਣਾ ਸੀ, ਉਹ ਸਿੰਬੋਲਿਕ ਰੂਪ ਦੇ ਵਿੱਚ ਵਿਰੋਧ ਕਰਨਾ ਚਾਹੁੰਦੇ ਸੀ ਤੇ ਇਹ ਇਹ ਕਹਿਣਾ ਚਾਹੁੰਦੇ ਸੀਗੇ ਕਿ ਉਹਨਾਂ ਨੂੰ ਪੱਕਿਆਂ ਕੀਤਾ ਜਾਵੇ। ਇਹ 100 ਦਿਨ ਤੋਂ ਉੱਪਰ ਉਹਨਾਂ ਨੂੰ ਹੋ ਗਿਆ, ਇੱਥੇ ਪੱਕਾ ਮੋਰਚਾ ਲਾ ਕੇ ਉਹ ਬੈਠੇ ਨੇ ਗੁਰਦੁਆਰਾ ਦੂਖ ਨਿਵਾਰਨ ਦੇ ਨੇੜੇ। ਪੱਕਾ ਮੋਰਚਾ ਲਾ ਕੇ ਇੱਥੇ ਫੁਹਾਰਾ ਚੌਂਕ ਦੇ ਕੋਲੇ ਕੱਚੇ ਅਧਿਆਪਕ ਵੀ ਬੈਠੇ ਨੇ, ਕੱਚੇ ਵਰਕਰ ਵੀ ਬੈਠੇ ਨੇ। ਪੰਜਾਬ ਦੇ ਵਿੱਚ ਪਟਿਆਲਾ ਇਸ ਵੇਲੇ ਮੋਰਚਿਆਂ ਦੀ ਰਾਜਧਾਨੀ ਬਣਿਆ ਹੋਇਆ। ਜਦੋਂ ਇਹ ਆਗੂ ਜਿਹੜੇ ਅਧਿਆਪਕ ਸੀਗੇ ਉਹ ਮਹਿਲ ਦੇ ਮੂਹਰੇ ਪਹੁੰਚ ਗਏ ਤੇ ਫਿਰ ਪੁਲਿਸ ਦੀ ਡਾਂਗ ਜਿਹੜੀ ਸੀ ਉਹ ਚੱਲਣੀ ਸ਼ੁਰੂ ਹੋ ਗਈ। ਪੁਲਿਸ ਨੇ ਢਾਹ ਢਾਹ ਕੇ ਖਿੱਚ ਖਿੱਚ ਕੇ ਇਹਨਾਂ ਟੀਚਰਾਂ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ। ਹੈਰਾਨੀ ਵਾਲੀ ਸਭ ਤੋਂ ਗੱਲ ਇਹ ਆ ਕਿ ਇੰਨੇ ਮਹੀਨਿਆਂ ਤੋਂ ਇੱਥੇ ਲਗਾਤਾਰ ਇਹਨਾਂ ਨੂੰ ਕੁੱਟ ਪੈਂਦੀ ਆ, ਕੋਈ ਸਿਆਸੀ ਆਗੂ ਇਸ ਮਸਲੇ ਦੇ ਉੱਤੇ ਆਪਣੀ ਜ਼ੁਬਾਨ ਨਹੀਂ ਖੋਲਦਾ ਕਿ ਕੀ ਪੁਲਿਸ ਨੂੰ ਸਿਰਫ ਕੁੱਟਣ ਦੇ ਵਾਸਤੇ ਰੱਖਿਆ ਹੋਇਆ, ਉਹਨਾਂ ਨੂੰ ਇੰਨੀਆਂ ਡਾਂਗਾਂ ਦਿੱਤੀਆਂ ਹੋਈਆਂ ਨੇ। ਘੱਟੋ ਘੱਟ ਇਹ ਜਿਹੜੇ ਰੋਸ ਪ੍ਰਗਟ ਕਰ ਰਹੇ ਲੋਕ ਨੇ ਉਹਨਾਂ ਨੂੰ ਇਉਂ ਤਾਂ ਨਾ ਕੁੱਟਿਆ ਜਾਵੇ ਜਿਹੜਾ ਕਿ ਅਣਮਨੁੱਖੀ ਤਸ਼ੱਦਦ ਹੈ। ਕਿਸੇ ਪਾਰਟੀ ਵਾਲਾ ਕੋਈ ਆਗੂ ਇਸ ਮਸਲੇ ਦੇ ਉੱਤੇ ਨਹੀਂ ਬੋਲ ਰਿਹਾ। ਜੀ ਜੀ ਵਾਕਿਆ ਹੀ ਕੋਈ ਨਹੀਂ ਬੋਲਦਾ। ਬਹੁਤ ਬਹੁਤ ਧੰਨਵਾਦ ਬਲਤੇਜ ਬਾਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਬਾਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।